ਬਿਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਦਾਸਾ ਅਗਲੇ ਇਸ਼ੂ ਬਾਰੇ ਤੁਹਾਡੇ ਕੀ ਵਿਚਾਰ ਹਨ ਅ ਦੇਖੋ ਅ ਅਸੀਂ ਹੋਣ ਵਾਲੇ ਕਾਮੈਂਟ ਨਹੀਂ ਲੈ ਪਾਵਾਂਗੇ ਜੀ ਕਿਉਂਕਿ ਇਸ਼ੂਜ਼ ਫਿਰ ਕਈ ਵਾਰ ਮੋਰ ਇੰਪੋਰਟੈਂਟ ਆ ਜਾਂਦੇ ਨੇ ਅ ਲਗਭਗ 10 ਲੱਖ ਲੋਕਾਂ ਦਾ ਬੇਘਰੇ ਹੋਣਾ ਬਾਰਡਰਸ ਦੇ ਉੱਤੇ 1000 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਨੇ ਔਰ ਹੁਣ ਇਸ ਦੇ ਉੱਤੇ ਸਾਰਿਆਂ ਨੇ ਇਵਨ ਬਾਹਰਲੇ ਵੀ ਜਿਹੜੇ ਕੋਈ ਗਏ ਲੋਕ ਲੋਕਲ ਉਹਨਾਂ ਸਾਰਿਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਭਾਈ ਇਹ ਜਾਣ ਬੁਝ ਕੇ ਇਹਦਾ ਮਕਸਦ ਕੀ ਏ ਕਿਨੇ ਆਰਡਰ ਕੀਤਾ ਕੌਣ ਏ ਦੇ ਬਿਹਾਈਂਡ ਏ ਔਰ ਜਿਹੜੀ ਜਿਹੜੀ ਗੱਲ ਇਵਨ ਅੱਜ ਇੱਕ ਬੜਾ ਅੱਛਾ ਆਰਟੀਕਲ ਸਰਿੰਦਰਜੀਤ ਸਿੰਘ ਜੀ ਜੀ ਇਹਨਾਂ ਨੇ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਜothe ਬੰਦੀ ਬਣਾਈ ਹੋਈ ਹੈ ਹਿਊਮਨ ਰਾਈਟਸ ਲਈ ਬਹੁਤ ਵਧੀਆ ਕੰਮ ਉਹਨਾਂ ਨੇ ਕੀਤੇ ਉਹਨਾਂ ਦਾ ਇੱਕ ਆਰਟੀਕਲ ਲੰਬਾ ਚੌੜਾ ਜਿਹੜਾ ਟ੍ਰਿਬਿਊਨ ਦੇ ਵਿੱਚ ਰੈਫਿਊਜੀਜ਼ ਅਗੇਨ ਜੀ ਇਸ ਤੇ ਥੱਲੇ ਲੱਗਾ ਮੈਂ ਸਾਰਾ ਆਰਟੀਕਲ ਤਾਂ ਨਹੀਂ ਡਿਸਕਸ ਕਰ ਸਕਦਾ ਪਰ ਉਹਨਾਂ ਨੇ ਇਹ ਕਿਹਾ ਕਿ ਕਿਵੇਂ ਡੈਲੀਬਰੇਟਰੀ ਉਹਨਾਂ ਨੇ ਕਿਹਾ ਜੀ ਕੋਈ ਉੱਥੇ ਮੂਵਮੈਂਟ ਫੌਜ ਦੀ ਨਹੀਂ ਹੈ ਕੋਈ ਕੋਈ ਲਾਗੇ ਚਾਗੇ ਵੀ ਨਹੀਂ ਹੈ ਕਿ ਕੋਈ ਜੰਗ ਵਾਲੇ ਹਾਲਾਤ ਨੇ ਔਰ ਉਹਨਾਂ ਨੇ ਕਿਹਾ ਕਿ ਵੀ

ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਉੱਥੇ ਗਏ ਨਾ ਉਹਨਾਂ ਨੇ ਦੇਖਿਆ ਉੱਥੇ ਫੌਜ ਤਾਂ ਹੈ ਹੀ ਨਹੀਂ ਭਾਰਤੀ ਪੁਲਾਂ ਦੇ ਉੱਤੇ ਥੋੜਾ ਬਹੁਤ ਕੋਈ ਬਾਰਡਰ ਸਕਿਉਰਿਟੀ ਫੋਰਸ ਦਾ ਜਵਾਨ ਕੋਈ ਇੱਥੇ ਜਾਂ ਉੱਥੇ ਖੜਾ ਹੈ ਜੀ ਥਿਸ ਇਜ਼ ਅਬਾਊਟ ਦ ਐਕਸਟੈਂਟ ਆਫ ਹਾਈਟਰਡ ਮਿਲਟਰੀ ਰੈਡੀਨੈਸ ਟੂ ਮੀਟ ਅ ਪਾਕਿਸਤਾਨੀ ਉਹਨਾਂ ਨੇ ਕਿਹਾ ਜੀ ਆਹ ਮਿਲਟਰੀ ਹਾਈਟਰਡ ਅ ਅਲਰਟ ਹੈ ਜੇ ਤੁਸੀਂ ਪਾਕਿਸਤਾਨ ਦੇ ਅਟੈਕ ਦੀ ਗੱਲ ਕਰਦੇ ਹੋ ਇਫ ਦ ਥ੍ਰੈਟ ਆਫ ਅਟੈਕ ਇਜ਼ ਨੋਟ ਟੂ ਬੀ ਟੇਕਨ ਟੂ ਸੀਰੀਅਸਲੀ ਦੈਨ ਵਾਈ ਵਰ ਵਿਲੇजेस ਆਰਡਰ ਟੂ ਬੀ ਏਵੈਕੂਏਟਿਡ ਫਰਮ ਥੇਅਰ ਹੋਮਸ ਕਿ ਵੀ ਜੇ ਤੁਹਾਡਾ ਮਕਸਦ ਹੀ ਨਹੀਂ ਹੈ ਜਾਂ ਕੋਈ جنگ ਵਾਲੀ ਹਾਲਤ ਨਹੀਂ ਹੈ ਲੋਕਾਂ ਨੂੰ ਤੁਸੀਂ ਕਿਉਂ ਉਜਾੜਿਆ ਇਹ ਰਿਪੋਰਟਰ ਫॉर ਦਾ ਵਾਇਰ ਦੀ ਵਾਇਰ ਦੁਨੀਆ ਦਾ ਪ੍ਰੋਮਿਨੈਂਟ ਪਬਲਿਕation ਹੈ ਨੋਟਿਡ ਇਨ ਓਵਰ 2 ਆਵਰਸ ਸਪੈਂਟ ਟਰੈਵਲਿੰਗ ਥਰੂ ਦਾ ਵਿਲੇਜਸ ਇਨ ਦਾ ਬਾਰਡਰ ਡਿਸਟ੍ਰਿਕਟ ਨੋ ਮਿਲਟਰੀ ਪਰਸਨਲ ਇਨਕੁਆਇਰਡ ਅਬਾਊਟ ਹੂ ਦੇ ਵਰ ਚੈੱਕਡ THEIR ਪੇਪਰਸ ਔਰ ਇਵਨ ਐਗਜ਼ਾਮਿਨਡ ਦਾ ਕੰਟੈਂਟਸ ਆਫ THEIR ਕਾਰ ਮੋਸਟ ਹੋਟਲਸ ਇਨ ਨਿਊ ਡੈਲੀ ਅਪੀਅਰ ਟੂ ਹੈਵ ਹਾਇਰ ਸਕਿਉਰਟੀ ਉਹਨਾਂ ਨੇ ਕਿਹਾ ਜੀ ਜੇ ਤੁਸੀ ਕਿਸੇ ਦਿੱਲੀ ਦੇ ਹੋਟਲ ਚ ਜਾਣਾ ਹੈ ਉੱਥੇ ਜ਼ਿਆਦਾ ਸਕਿਉਰਿਟੀ ਹੈ ਵਾਇਰ ਵਾਲਾ ਕਹਿੰਦਾ ਮੈਂ 2.5 ਘੰਟੇ ਟ੍ਰੈਵਲ ਕੀਤਾ ਹੈ ਓਵਰ 2 ਆਵਰਸ ਜੀ ਔਰ ਉੱਥੇ ਨਾ ਮੈਨੂੰ ਕਿਸੇ ਨੇ ਮੇਰੀ ਕਾਰ ਚੈੱਕ ਕੀਤੀ ਨਾ ਕਿਸੇ ਨੇ ਮੇਰੇ ਪੇਪਰ ਚੈੱਕ ਕੀਤੇ ਨਾ ਮੈਨੂੰ ਕੋਈ ਮਿਲਿਆ ਕਿਸੇ ਨੇ ਪੁੱਛਿਆ ਮੈਂ ਕੌਣ ਹ ਔਰ ਜੇ ਫਾਰਮਰਸ ਪੁਆਇੰਟ ਆਫ View ਉਹਨਾਂ ਨੇ ਅੱਗੇ ਲੰਬਾ ਚوڑا ਦਿੱਤਾ ਸੋ ਉਹਦੇ ਚ ਉਹਨਾਂ ਨੇ ਕਨਕਲੂਡ ਕੀਤਾ ਵੀ ਰੀਜ਼ਨ ਕੀ ਹੈ ਉਹਨਾਂ ਨੇ ਕਿਹਾ ਵੀ when things are not going well domestically that time honored response is to whip up turmoil on the international front ਮਨਕਾ ਜੀ ਜੇ ਅੰਦਰ ਤੁਹਾਡੇ ਹਾਲਾਤ ਠੀਕ ਨਹੀਂ ਨੇ ਉਹ ਮੋਦੀ ਨੂੰ 2.5 ਸਾਲ ਤੋਂ ਜ਼ਿਆਦਾ ਹੋ ਗਏ ਅੱਛੇ ਦਿਨ ਆਉਣਗੇ ਬਲੈਕ ਮਨੀ ਵੀ ਵੀ ਲੱਖ ਹਰਕ ਦੀ ਜੇਬਸ ਹੋਏਗਾ ਨਾ ਅੱਛੇ ਦਿਨ ਆਏ ਨਾ ਬਲੈਕ ਮਨੀ ਕਿ ਹੋਣੀ ਸੀ ਉੱਥੇ ਜਿਹੜੇ ਗਰੀਬ ਦਲਤ ਮੁਸਲਮਾਨ ਈਸਾਈ ਸਾਰਿਆਂ ਦੇ ਨਾਲ ਟਕਰਾ ਬੁਰਾ ਹਾਲ ਨਾ ਕੋ ਫੋਰਨ ਇਨਵੈਸਟਮੈਂਟ ਆਈ ਜੀ ਤੇ ਜਦੋਂ ਇਸ ਕਿਸਮ ਦੇ ਹਾਲਾਤ ਹੁਣ ਔਰ ਇਹੀ ਕੁਛ ਇੰਦਰਾ ਗਾਂਧੀ ਦੇ ਵੇਲੇ ਵੀ ਹੋ ਜਦੋਂ ਲੇਟ 60s ਚ ਸ਼ਾਸਤਰੀ ਦੇ ਮਰਨ ਤੋਂ ਬਾਅਦ 68 ਇੰਦਰਾ ਗਾਂਧੀ ਆਈ ਬਹੁਤ ਅਨਪੋਪੂਲਰ ਸੀ ਬਹੁਤ ਸਾਰੀਆਂ ਸੀਟਾਂ ਲੂਜ਼ ਕੀਤੀਆਂ ਔਰ ਉਹਦੇ ਖਿਲਾਫ ਇੱਕ ਬੜੀ ਵੇਵ ਸੀ ਔਰ 1971 ਚ ਉਹਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਚ ਤੋੜ ਕੇ ਪਹਿਲਾਂ ਮੁਕਤੀ ਬਾਈ ਨਹੀਂ ਖੜੀ ਕੀਤੀ 2.5 ਸਾਲ ਉਹਦੇ ਲਈ ਔਰ ਜਦੋਂ 71 ਦੇ ਵਿੱਚ ਉਹਨੇ ਅਟੈਕ ਕਰਕੇ ਪਾਕਿਸਤਾਨ ਤੋੜਿਆ ਉਹਨੇ ਕਿਹਾ ਜੀ ਹਜ਼ਾਰ ਸਾਲ ਕੀ ਗੁਲਾਮੀ ਦਾ ਬਦਲਾ ਲੈ ਲਿਆ ਗਿਆ ਔਰ ਉਹੀ ਵਾਜਪਾਈ ਜਾਂ ਦੂਜੇ ਜਿਹੜੇ ਉਹਦੇ ਲਈ ਕੀ ਕੀ ਸ਼ਬਦ ਜਨਸੰਗ ਵਾਲੇ ਇਸਤੇਮਾਲ ਕਰਦੇ ਸੀ ਉਹ ਕਹਿਣਗੇ ਇਹ ਤੋਂ ਦੁਰਗਾ ਮਾਤਾ ਦਾ ਅਵਤਾਰ ਹੈ ਰੀ ਇਨਕਾਰਨੇਸ਼ਨ ਆਫ ਦੁਰਗਾ ਔਰ ਫਿਰ ਇੰਦਰਾ ਗਾਂਧੀ ਨੈਵਰ ਲੁਕਡ ਬਿਹਾਈਂਡ ਫਿਰ ਉਹ ਅਮਰਜੈਂਸੀ ਤੱਕ ਗਈ ਜੂਨ 84 ਨੇ ਕੀਤਾ ਔਰ ਕੀ ਕੀ ਨਹੀਂ ਕੀਤਾ ਅਲਟੀਮੇਟਲੀ ਦੋਸ ਹੂ ਲਿਵ ਬਾਈ ਦ ਸਵਾਰ ਡਾਈ ਬਾਈ ਦ ਸਵਾਰ ਵਾਲੀ ਗੱਲ ਹੋਈ ਜ਼ੁਲਮ ਦੇ ਸਾਰੇ ਆਈ ਜੀ ਅਲਟੀਮੇਟਲੀ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇੰਦਰਾ ਗਾਂਧੀ ਨੇ ਵੀ ਇਹੀ ਫਾਰਮੂਲਾ ਜਦੋਂ ਉਹ ਡੋਮੈਸਟਿਕ ਫਰੰਟ ਤੇ ਫੇਲ ਸੀ ਤੇ ਇਸ ਕਿਸਮ ਦਾ ਕੀਤਾ ਰਾਜ ਮੋਦੀ ਔਰ ਇਹ ਜਦੋਂ ਫੇਲ ਨੇ ਇਲੈਕਸ਼ਨਾਂ ਯੂਪੀ ਹੋਏ ਪੰਜਾਬ ਹੋਏ ਗੋਆ ਹੋਏ ਕੇਰਲਾ ਹੋਏ ਔਰ ਇਹ ਸਾਰੇ ਨੂੰ ਉਹਨਾਂ ਨੇ ਕਰਨ ਦੇ ਲਈ ਇਸ ਕਿਸਮ ਦਾ ਪਾਠ ਕੀਤਾ ਔਰ ਇਸ ਨਾਲ ਹੀ ਮਿਲਦੀ ਜੁਲਦੀ ਇੱਕ ਸਟੋਰੀ ਜਿਹੜੀ ਹੈ ਉਹ ਇਹ ਹੈ ਕਿ ਇਵੈਕੂਏਸ਼ਨ ਨਾਟ ਬੇਸਡ ਔਨ ਇੰਟੈਲੀਜੈਂਸ ਇਨਪੁਟਸ ਕਿ ਕੋਈ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕੋਈ ਇਨਪੁਟ ਨਹੀਂ ਦਿੱਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ देयर ਹੈਜ਼ ਬੀਨ ਨੋ ਇਨਸਟੈਂਸ ਇਨ ਦਾ ਪਾਸਟ ਵੈਨ ਦਾ ਬਾਰਡਰ ਵਿਲੇजेस ਇਨ ਪੰਜਾਬ ਹੈਵ ਬੀਨ ਇਵੈਕੂਏਟਿਡ ਲਾਈਕ ਥਿਸ ਔਰ ਇਨ ਦਾ ਐਂਡ देयर ਕਿ ਕੁਝ ਵੀ ਜਿਹੜਾ ਇਹ ਸਾਰੇ ਦੇ ਵਿੱਚ ਕੌਣ ਬਿਹਾਈਂਡ ਹੈ ਬਾਦਲ ਨੇ ਕਿਹਾ ਜੀ ਮੈਂ ਹੋਮ ਮਿਨਿਸਟਰੀ ਦੇ ਕਹਿਣ ਤੇ ਕੀਤਾ ਹੈ ਅਜੇ ਤੱਕ ਜੇ ਹੋਮ ਮਿਨਿਸਟਰੀ ਨੇ ਸਾਰਾ ਬਾਰਡਰ ਏਵੈਕੂਏਟ ਕਰਾਣਾ ਸੀ ਫਿਰ ਰਾਜਸਥਾਨ ਤੇ ਗੁਜਰਾਤ ਕਿਉਂ ਨਹੀਂ ਕਰਵਾਇਆ ਜੰਮੂ ਚ ਵੀ ਹੁਣ ਕਰਵਾਇਆ ਔਰ ਇਸ ਸਾਰੇ ਚੋਂ ਜਿਹੜਾ ਮਕਸਦ ਹੈ ਵੈਦਰ ਹੈ ਹੋਮ ਮਿਨਿਸਟਰੀ ਨੇ ਕੀਤਾ ਹੈ ਬਾਦਲ ਨੇ ਕੀਤਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਔਰ ਜਿਸ ਕਿਸਮ ਦਾ ਉਹਨਾਂ ਦੇ ਨਾਲ ਵਰਤਾਰਾ ਹੈ ਜਿਵੇਂ ਉਹਨਾਂ ਨੂੰ ਬਿਲਕੁਲ ਬੁਰੇ ਹਾਲ ਬੋਂਕੇ ਦਿਹਾੜੇ ਚ ਉਹਨਾਂ ਦਾ ਰਹਿਣਾ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਵੀ ਕਿਸ ਕਿਸਮ ਦਾਏ ਪੰਜਾਬ ਨੂੰ ਤਬਾਈ ਵੱਲ ਉਹ ਜੇ ਜੰਗ ਰਾਈ ਤਬਾਈ ਨਹੀਂ ਵੀ ਹੋ ਸਕੇਗੀ ਇਹਨਾਂ ਨੇ ਆਲਰੇਡੀ ਬਾਰਡਰ ਇਲਾਕੇ ਦੇ ਲੋਕਾਂ ਨੂੰ 10 ਲੱਖ ਲੋਕ ਜਿਹੜੇ ਨੇ ਉਹਨਾਂ ਦੇ ਜਦੋਂ ਘਰੋਂ ਨਿਕਲੇ ਨੇ ਮੋਟਰਾਂ ਚੋਰੀ ਹੋ ਗਈਆਂ ਘਰਾਂ ਚੋਂ ਚੀਜ਼ਾਂ ਗਾਇਬ ਨੇ ਔਰ ਜਦੋਂ ਤੱਕ ਉਹਨਾਂ ਨੇ ਵਾਪਸ ਹੋਣਾ ਉਹਨਾਂ ਦਾ ਉੱਥੇ ਕੀ ਰਹਿਣਾ ਸੋ ਕੁੱਲ ਮਿਲਾ ਕੇ ਇਹ ਹੈ ਕਿ ਜੇ ਜਦੋਂ ਤੁਸੀਂ ਕਿਸੇ ਦੀ ਤਬਾਈ ਚਾਹੁੰਦੇ ਹੋ ਸਰਵਨਾਸ਼ ਦਾ ਤੁਹਾਡਾ ਏਜੰਡਾ ਹੈ ਫਿਰ ਹਰ ਹੀਲਾ ਵਰਤੋ ਔਰ ਇਹਨਾਂ ਨੂੰ ਪੰਜਾਬ ਚੁੱਭਦੇ ਇਹ ਕਦੇ 65 ਚ ਵੀ ਇਹੋ ਜਿਹਾ ਕੁਛ ਕਰਵਾਉਣਾ ਚਾਹੁੰਦੇ ਸੀ ਇਹਨਾਂ ਦਾ ਨਹੀਂ ਚੱਲਿਆ 84 ਤੋਂ ਬਾਅਦ ਜੋ ਕੁਛ ਇਹਨਾਂ ਦੀਆਂ ਹਰਕਤਾਂ ਨੇ ਔਰ ਅੱਜ ਵੀ ਜੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਭਾਈ ਸਿੱਖ ਜਿਹੜੇ ਨੇ ਐਜ਼ ਅ ਨੇਸ਼ਨ ਇਹਨਾਂ ਦੀ ਮੁਕੰਮਲ ਬਰਬਾਦੀ ਹੈ ਹਿੰਦੂਤਵਾ ਏਜੰਡੇ ਦਾ ਹਿੰਦੂਤਵਾ ਦਾ ਜਿਹੜਾ ਪ੍ਰਮੁੱਖ ਏਜੰਡਾ ਹੈ ਤੇ ਫਿਰ ਅਸੀਂ ਹਨੇਰੇ ਦੇ ਵਿੱਚ ਰਹਿ ਰਹੇ ਹਾਂ ਜਾ ਸਾਨੂੰ ਹਨੇਰੇ ਚ ਰਹਿਣ ਦਾ ਸ਼ੌਕ ਹੈ ਜੀ ਰਾਜ ਸਾਹਿਬ ਜੀ ਦਾ ਅੱਜ ਦੇ ਮੁੱਦੇ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬੋਸ਼ਕਰੀਆ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਬਹਿਰਨ ਤੋਂ ਗੁਰਪ੍ਰੀਤ ਸਿੰਘ ਜੀ ਦਾ ਇਹ ਲਿਖਦੇ ਹਨ ਅਸ਼ਵ ਥਾਮਾ ਮਾਰਿਆ ਗਿਆ ਹਾਲ ਹੀ ਵਿੱਚ ਇੰਡੀਆ ਵੱਲੋਂ ਕੀਤੀ ਗਈ ਸਰਜਿਕਲ ਸਟ੍ਰਾਈਕ ਮੈਨੂੰ ਮਹਾਭਾਰਤ ਦੀ ਮਿਥਿਆਸਕ ਕਹਾਣੀ ਦੀ ਯਾਦ ਕਰਾਉਂਦੀ ਹੈ 유ਦਿਸ਼ਤਰ ਜਿਸ ਨੂੰ ਬੜਾ ਅਸਰ ਰਸੋਖ ਰੱਖਣ ਵਾਲੇ ਬੰਦੇ ਵਜੋਂ ਪੇਸ਼ ਕੀਤਾ ਗਿਆ ਉਸ ਨੇ ਐਲਾਨ ਕੀਤਾ ਕਿ ਅਸ਼ਵ ਥਾਮਾ ਮਾਰਿਆ ਗਿਆ ਅਸਲ ਵਿੱਚ ਹਾਥੀ ਮਾਰਿਆ ਸੀ ਹਾਥੀ ਦਾ ਨਾਮ ਮਤਲਬ ਹਸ਼ਵ ਥਾਮਾਸੀ ਦਰੋਣਾਚਾਰੀਆ ਨੇ ਸਮਝਿਆ ਕਿ ਉਸ ਦਾ ਪੁੱਤਰ ਅਸ਼ਵ ਥਾਮਾ ਸੱਚ ਹੀ ਮਾਰਿਆ ਗਿਆ ਅਤੇ ਜੁਦਿਸ਼ਚਰ ਜੁਦਿਸ਼ਚਰ ਨੇ ਪੁਸ਼ਟੀ ਕੀਤੀ ਕਿ ਜਿਸ ਨੂੰ ਧਰਮਰਾਜ ਵਜੂ ਪੇਸ਼ ਕੀਤਾ ਗਿਆ ਇਸ ਨਾਲ ਦਰੋਣਾਚਾਰੀਆ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਕੌਰਵਾ ਨੇ ਉਸ ਦਾ ਸਿਰ ਵੜ ਦਿੱਤਾ ਇਸੇ ਤਰ੍ਹਾਂ ਫੌਜ ਨੂੰ ਧਰਮਰਾਜ ਰੂਪੀ ਰਖਵਾਲਾ ਬਣਾਇਆ ਗਿਆ ਅਤੇ ਐਲਓਸੀ ਤੇ ਵਿਧਾ ਚੜਾ ਕੇ ਕੀਤੀ ਗਈ ਗੋਲੀਬਾਰੀ ਨੂੰ ਸਰਜਿਕਲ ਸਟ੍ਰਾਈਕ ਬਣਾ ਦਿੱਤਾ ਉਸ ਨੂੰ ਹੋਰ ਪ੍ਰੋਸੈਜੋਗ ਬਣਾਉਣ ਲਈ ਜਿਸ ਤਾ ਇਸ ਦਾ ਐਲਾਨ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਤੋਂ ਕਰਾਇਆ ਦਰੋਣਾਚਰੀਆ ਦੀ ਤਰ੍ਹਾਂ ਇੰਡੀਅਨਸ ਨੇ ਆਪਣਾ ਅਕਲ ਰੂਪੀ ਹਥਿਆਰ ਸੁੱਟ ਦਿੱਤਾ ਤੇ ਹੁਣ ਉਹਨਾਂ ਦੇ ਜ਼ਮੀਰ ਰੂਪੀ ਸਿਰ ਨੂੰ ਕਲਮ ਕੀਤਾ ਜਾ ਰਿਹਾ ਹੈ ਜੀ ਰਾਜ ਸਾਹਿਬ ਇਹਨਾਂ ਦਾ ਕੀ ਨਾਮ ਸੀ ਅਨਦਰ ਨਾ ਹੈਗਾ ਗੁਰਪ੍ਰੀਤ ਸਿੰਘ ਬਹਿਰੀਨ ਤੋਂ ਬਹਿਰੀਨ ਤੋਂ ਜੀ ਆ ਵੀਰ ਗੁਪੀਤ ਸਿੰਘ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਇਹ ਹਮੇਸ਼ਾ ਹੀ ਇਹਨਾਂ ਦੀ ਲਿਖਤ ਬੜੀ ਸਿਆਣਾ ਭਰਪੂਰ ਹੁੰਦੀ ਹੈ ਜੀ ਔਰ ਇਹਨਾਂ ਨੇ ਮਹਾਭਾਰਤ ਦਾ ਇੱਕ ਵਾਕਿਆ ਦੁਹਰਾਇਆ ਕਿ ਕਿਵੇਂ ਇਹ ਛੂਟ ਦਾ ਸਹਾਰਾ ਲਿਆ ਇਹਨਾਂ ਨੇ ਦਰੋਣਾਚਾਰੀਆ ਦਾ ਮੁੰਡਾ ਅਸ਼ਵਥਾਮ ਜਿਹਨੂੰ ਦਰੋਣਾਚਾਰੀਆ ਬਹੁਤ ਪਿਆਰ ਕਰਦਾ ਸੀ ਔਰ ਦਰੋਣਾਚਾਰੀਆ ਨਾ ਤੋਂ ਡਿਫੀਟ ਨਹੀਂ ਸੀ ਹੋ ਰਿਹਾ ਔਰ ਕਿਸੇ ਨੇ ਸੁਝਾ ਦਿੱਤਾ ਕਿ ਵੀ ਜੇ ਇਹਦੇ ਮੁੰਡਿਆਂ ਨੂੰ ਅਸ਼ਵਥਾਮਾਂ ਵੀ ਬਹੁਤ ਬਹਾਦਰ ਸੀ ਉਹ ਵੀ ਕਾਬੂ ਨਹੀਂ ਸੀ ਹੋ ਰਿਹਾ ਉਹਨਾਂ ਨੇ ਕਿਹਾ ਜੇ ਦਰੋਣਾਚਾਰਿਆ ਨੂੰ ਮਾਰਨਾ ਹੈ ਤੇ ਇਹ ਅਸ਼ਵਥਾਮ ਦੇ ਮੌਤ ਦੀ ਖਬਰ ਜੇ ਇਹਨੂੰ ਮਿਲੇ ਤੇ ਇਹ ਉਸ ਸਦਮੇ ਨੂੰ ਸਹਾਰ ਨਹੀਂ ਸਕੇਗਾ ਜੀ ਉਹਨਾਂ ਨੇ ਕਿਹਾ ਜੇ ਵੀ ਇਹਨੇ ਤਾਂ ਕਿਸੇ ਦਾ ਯਕੀਨ ਨਹੀਂ ਕਰ ਉਹਨਾਂ ਨੇ ਕਿਹਾ ਨਹੀਂ ਯੁਦਿਸ਼ਠਰ ਦਾ ਰੈਪਿਊਟੇਸ਼ਨ ਇੱਕ ਬੜਾ ਸਤਵਾਦੀ ਦਾ ਹੈ ਦਰੋਣਾਚਾਰਿਆ ਦਾ ਯੁਦਿਸ਼ਠਰ ਵੀ ਸਟੂਡੈਂਟ ਹੈ ਉਹਨੂੰ ਪਤਾ ਹੈ ਵੀ ਯੁਦਿਸ਼ਠਰ ਝੂਠ ਨਹੀਂ ਬੋਲੇਗਾ ਔਰ ਇਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਹਾਥੀ ਦਾ ਨਾਂ ਨਾ ਪੰਡਤ ਸਾਧਕੇ ਮੰਤਰ ਪੜ੍ਹ ਕੇ ਇਹ ਹਾਥੀ ਅਸ਼ਵਥਾਮ ਹੈ ਉਹਦਾ ਨਾਂ ਰੱਖ ਕੇ ਉਹਨੂੰ ਤੀਰਾਂ ਨਾਲ ਮਾਰ ਦਿੱਤਾ ਤੇ ਜੁਦਸ਼ਤਰ ਨੂੰ ਗਿਆਬ ਤੂੰ ਜਾ ਕੇ ਨੇੜੇ ਜੇ ਉਹਦੇ ਹੋ ਕੇ ਕਹਿ ਕਿਉਂਕਿ ਸਾਹਮੋ ਸਾਹਮਣੇ ਜੰਗ ਹੁੰਦੀ ਸੀ ਕਿ ਅਸ਼ਵਥਾਮਾ ਮਰ ਗਿਆ ਜਦੋਂ ਉਹਨੇ ਸੁਣਿਆ ਕਰੋਨਾਚਾਰੀਆ ਨੇ ਆਪਣੇ ਹਥਿਆਰ ਰੱਖ ਦਿੱਤੇ ਔਰ ਇਹਨਾਂ ਨੇ ਜਿਹੜਾ ਉਹਦਾ ਸਿਰ ਲਾ ਦਿੱਤਾ ਕਰੋਨਾਚਾਰੀ ਨੂੰ ਮਾਰ ਦਿੱਤਾ ਹੁਣ ਇਹੀ ਉਹਨਾਂ ਨੇ ਇਹ ਸਾਰੇ ਨੂੰ ਕਿਹਾ ਵੀ ਇਹ ਸਰਜਿਕਲ ਸਟ੍ਰਾਈਕਸ ਹਨ ਉਹਨਾਂ ਨੇ ਇਹ ਸਾਰੀ ਕਹਾਣੀ ਫਿਟ ਕੀਤਾ ਅਸੀਂ ਪਹਿਲਾਂ ਵੀ ਇਹ ਕਿਹਾ ਵੀ ਮਹਾਭਾਰਤ ਪੜੋ ਜੇ ਇਹਨਾਂ ਦੀਆਂ ਚਾਲਾਂ ਦੇਖਣੀਆਂ ਨੇ ਸੋ ਇਹਨਾਂ ਦਾ ਗੁਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਕੁਝ ਮੈਸੇਜਸ ਪੀਰੀਅਡ ਚ ਆਏ ਨੇ ਵੀਰ ਮਨਿੰਦਰ ਸਿੰਘ ਵੀਰ ਹਰਮੇਲ ਸਿੰਘ ਕੀਪ ਆਫ ਦਾ ਗੁੱਡ ਵਰਕ ਸਤਪਾਲ ਸਿੰਘ ਪUREਵਾਲ ਗੁਰਫਤ ਅਨੀਸ਼ ਸੱਤੀ ਖ਼ਾਰਿਸਤਾਨ ਜ਼ਿੰਦਾਬਾਦ ਬਾਬਾ ਖ਼ਾਰਿਸਤਾਨੀ ਜੋਜਾਰ ਵਿਰਕ ਮਹਿੰਦਰਜੀਤ ਗੇਲ ਮਹਿੰਦਰਜੀਤ ਗੇਲ ਵੀ ਆਰ ਪ੍ਰਾਊਡ ਆਫ ਯੂ WhatsApp ਨਜ਼ਮ ਸਕੀਬ ਨਜ਼ਾਮ ਜਾਂ ਨਜ਼ਮ ਜੀ ਪ੍ਰੀਤ ਸਿੰਘ ਪ੍ਰੀਤ ਸਿੰਘ ਔਰ ਇਹ ਚ ਥੋੜਾ ਡੀਟੇਲ ਜਿਹੜਾ ਆ ਫਲੇਸ਼ਿੰਗ ਗੁਰਦੁਆਰਾ ਸਾਹਿਬ ਤੋਂ ਅਰ ਹਰਮੇਲ ਸਿੰਘ ਜੀ ਦਾ ਕੇਜਰੀਵਾਲ ਤੋਂ ਪਹਿਲਾਂ ਸਰਜਿਕਲ ਸਟ੍ਰਾਈਕਸ ਤੇ ਮੋਦੀ ਦੀ ਸਪੋਰਟ ਮੋਦੀ ਨੂੰ ਸਲੂਟ ਮਾਰਿਆ ਮੋਦੀ ਦੇ ਹੌਸਲੇ ਦੀ ਤਾਰੀਫ ਕੀਤੀ ਸੀਐਨਐਨ ਬੀਬੀਸੀ ਯੂਐਨਓ ਝੂਠਾ ਕਿਹਾ ਤੇ ਮੋਦੀ ਦੇ ਸੱਚਾ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਤੇ ਹੁਣ ਜਦੋਂ ਮੋਦੀ ਹੀ ਮੁੱਕਰ ਗਿਆ ਤਾਂ ਕੇਜਰੀਵਾਲ ਵੀ ਮੁੱਕਰ ਗਿਆ ਤਾਂ ਸਬੂਤਾਂ ਦੀ ਮੰਗ ਕੀਤੀ ਪਰ ਸਬੂਤ ਨਾ ਹੋਣ ਕਰਕੇ ਮੋਦੀ ਭਗਤਾਂ ਨੇ ਕੇਜਰੀਵਾਲ ਤੇ ਸਿਆਹੀ ਡੋਲ ਦਿੱਤੀ ਚਲੋ ਐਨੀਵੇ ਇਸ ਗੱਲ ਸੀ ਜ਼ਿਕਰ ਕਰ ਚੁੱਕੇ ਹਾਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਦਾ ਸਰਵ ਪ੍ਰੋਗਰਾਮ ਦੇ ਅੰਤ ਵਿੱਚ ਚਤੁਰ ਸਰ ਦਰਸ਼ਕਾਂ ਦੋਸਤੋ ਅਜ ਦਾ ਵਿਚਾਰ ਅੱਜ ਦਾ ਵਿਚਾਰ ਲਈ ਅਸੀਂ ਰਾਗ ਦੇਵਗੰਦਾਰੀ ਚ ਚੌਥੇ ਪਾਤਸ਼ਾਹ ਦਾ ਸ਼ਬਦ ਚੁਣੇ ਮੇਰਾ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਜੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ ਰਹਾਓ ਪ੍ਰੀਆ ਕੇ ਬਚਨ ਸੁਖਾਨੇ ਹਿਰ ਹੈ ਇਸ ਚਾਲ ਬਣੀ ਹੈ ਭਲੀ ਲਟਰੀ ਮਧਰੀ ਠਾਕਰ ਭਾਈ ਉਹ ਸੁੰਦਰ ਹਰ ਟੁੱਲ ਮਿਲੀ ਏਕੋ ਪ੍ਰਿਯੋ ਸਖੀਆਂ ਸਭ ਪ੍ਰਿਯ ਕੀ ਜੋ ਭਾਵੈ ਪਿਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੇ ਚਲੀ ਜੀ ਹੁਣ ਇਸ ਸ਼ਬਦ ਦੇ ਵਿੱਚ ਚੌਥੇ ਪਾਤਸ਼ਾਹ ਨੇ ਅਲੰਕਾਰ ਇਸਤੇਮਾਲ ਕੀਤਾ ਹੈ ਕਿ ਕਿਵੇਂ ਆਪਣੇ ਪਿਆਰੇ ਦੀਆਂ ਨਜ਼ਰਾਂ ਦੇ ਵਿੱਚ ਪਿਆਰੇ ਦੇ ਦਿਲ ਵਿੱਚ ਵਸਣੇ ਉਸ ਦੇ ਲਈ ਕੀ ਗੁਣ ਹੋਣੇ ਚਾਹੀਦੇ ਨੇ ਔਰ ਜ਼ਾਹਰੇ ਕਿ ਇੱਕ ਖੂਬਸੂਰਤ ਔਰਤ ਜਿਹੜੀ ਹੈ ਉਸ ਦੀ ਤਸ਼ਬੀਹ ਉਹਨਾਂ ਨੇ ਉਸ ਦੇ ਨਾਲ ਦਿੱਤੀ ਜਿਹੜੀ ਕਦ ਵੱਲੋਂ ਛੋਟੀ ਹੈ ਜਿਹੜੀ ਆਪ ਹੁਦਰੀ ਹੈ ਯਾਨੀ ਕਿ ਉਹ ਲੰਬੀ ਵੀ ਨਹੀਂ ਹੈ ਲੰਬਾਪਨ ਜਾਂ ਜਿਹੜਾ ਠਰਾਵ ਇਹ ਖੂਬਸੂਰਤੀ ਦੀਆਂ ਨਿਸ਼ਾਨੀਆਂ ਮੰਨੀਆਂ ਜਾਂਦੀਆਂ ਨੇ ਪਰ ਗੁਰੂ ਸਾਹਿਬ ਨੇ ਇਹ ਕਹਿ ਕੇ ਕਿਉਂਕਿ ਇਸ ਦੋ ਦਾ ਕੰਪੈਰੀਜ਼ਨ ਆਪਣੇ ਨਾਲ ਹੈ ਰੂਹ ਨਾਲ ਹੈ ਕਿ ਜਿਹੜੀ ਰੂਹ ਬਿਸ਼ੱਕ ਉਸ ਦੇ ਵਿੱਚ ਪਹਿਲਾਂ ਕਮਜ਼ੋਰੀਆਂ ਵੀ ਹੋਣ ਪਰ ਜਦੋਂ ਨਿਮਰਤਾ ਨੂੰ ਧਾਰਨ ਕਰ ਲੈਂਦੀ ਹੈ ਆਪਣੇ ਪਿਆਰੇ ਦੇ ਸਾਹਮਣੇ ਨਿਮਰ ਭਾਵ ਦੇ ਵਿੱਚ ਰੂਹ ਆ ਜਾਂਦੀ ਹੈ ਤੇ ਫੇਰ ਪਿਆਰਾ ਮਨਜ਼ੂਰ ਕਰ ਲੈਂਦੇ ਨਾ ਜਿੰਨੀਆਂ ਮਰਜ਼ੀ ਕਮਜ਼ੋਰੀਆਂ ਹੋਣ ਜਿੰਨੀਆਂ ਮਰਜ਼ੀ ਖਾਮੀਆਂ ਹੋਣ ਔਰ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚਲੀ ਰਹੋ ਹੁਣ ਇਹਦੇ ਚ ਹੈ ਕਿ ਮੇਰਾ ਪਿਆਰਾ ਕਿਸ ਗਲੀ ਦੇ ਵਿੱਚ ਮੈਨੂੰ ਮਿਲੇਗਾ ਕਿਵੇਂ ਮੈਂ ਆਪਣੇ ਪਿਆਰੇ ਨੂੰ ਹਾਸਲ ਕਰ ਸਕਾਂ ਇਹ ਰੂਹ ਕਹਿ ਰਹੀ ਹੈ ਰੰਕਾਰ ਦੀ ਤਰਪਵਾੜੀ ਜੀ ਕਹੇ ਰੱਬ ਦੇ ਬੰਦਿਓ ਹਰ ਕੇ ਸੰਤ ਬਤਾਵੋ ਮਾਰਗ ਮੈਨੂੰ ਉਹ ਰਸਤਾ ਦੱਸੋ ਜਿਸ ਰਸਤੇ ਤੇ ਤੁਰ ਕੇ ਮੈਂ ਆਪਣੇ ਪਿਆਰੇ ਨੂੰ ਮਿਲ ਸਕਦੀ ਹਾਂ ਹਮ ਪਿੱਛੇ ਲਾਗ ਚਲੀ ਜਿਹੜਾ ਰਸਤਾ ਤੁਸੀਂ ਦੱਸੋਗੇ ਉਸੇ ਰਸਤੇ ਤੇ ਮੈਂ ਬਿਲਕੁਲ ਪਿੱਛੇ ਪਿੱਛੇ ਜਿਹੜੀ ਆ ਉਸ ਰਸਤੇ ਦੇ ਉੱਤੇ ਤੁਰਾਂਗੀ ਪ੍ਰਿਆ ਕੇ ਬਚਨ ਸੁਖਾਨੇ ਹਿਏ ਰੇ ਇਹ ਚਾਲ ਬਣੀ ਹੈ ਭਲੀ ਹੁਣ ਸਭ ਤੋਂ ਪਹਿਲੇ ਰੱਬ ਦੇ ਬਚਨ ਉਸ ਰੱਬ ਦੀ ਸਿਫਤ ਸਲਾਹ ਹੀਰੇ ਦਿਲ ਨੂੰ ਪਿਆਰੀ ਲੱਗੇ ਜੀ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਸਾਜ ਕਰੇ ਤਨ ਖੇ ਕਿ ਇਸ ਸਰੀਰ ਰੂਪੀ ਸਾਜ ਨੂੰ ਖੇ ਕਰ ਦਿਓ ਮਤਲਬ ਇਹ ਵੀ ਇਸ ਗਮਾਨ ਚੋਂ ਨਿਕਲ ਜਾਓ ਇਹ ਉਹ ਨੂੰ ਗਾਣਾ ਹੋਏਗਾ ਜਦੋਂ ਕਿ ਆਪਣੇ ਅੰਦਰੋਂ ਹਉਮੈ ਮਾਰ ਲੈਣੀ ਹੈ ਪਿਆਰੇ ਦੇ ਬਚਨ ਮਿੱਠੇ ਲੱਗਣ ਔਰ ਇਹੀ ਪਿਆਰੇ ਦੇ ਸਿਫਤ ਸਲਾਹ ਦੀ ਚਾਲ ਭਲੀ ਲੱਗੇ ਚੰਗੀ ਲੱਗੇ ਤੇ ਜਦੋਂ ਇਵੇਂ ਹੋਏਗਾ ਲਟਰੀ ਬਟਰੀ ਆਪ ਖੁਦਰੀ ਮਧਰੀ ਗਿੱਠੀ ਲਟਰੀ ਮਧਰੀ ਠਾਕਰ ਪਾਈ ਭਾਵੇਂ ਮੈਂ ਛੋਟਾ ਕਦ ਸੀ ਮੇਰਾ ਭਾਵੇਂ ਮੈਂ ਆਪ ਮੁਹਾਰੀ ਸੀ ਪਰ ਮੇਰੇ ਪਿਆਰੇ ਨੂੰ ਮੈਂ ਚੰਗੀ ਲੱਗੀ ਕਿਉਂਕਿ ਉਹ ਸੁੰਦਰ ਹਰ ਟੁੱਲ ਮਣੀ ਜਿਉਂ ਹੀ ਮੈਂ ਨਿਮਰਤਾ ਤਾਰਨ ਕੀਤੀ ਟੁੱਲ ਟੁੱਲਣਾ ਹੁੰਦਾ ਨਿਮਰ ਹੋਣਾ ਹੰਬਲ ਹੋਣਾ ਉਸ ਪਿਆਰੇ ਨੇ ਮੈਨੂੰ ਮਨਜ਼ੂਰ ਕਰ ਲਿਆ ਐਕਸੈਪਟ ਕਰ ਲਿਆ ਇਕੋ ਪ੍ਰਿਯੋ ਸਖੀਆਂ ਸਭ ਪ੍ਰੀਅ ਕੀ ਪਿਆਰਾ ਇਕੋ ਹੀ ਹੈ ਤੇ ਕਈ ਰੂਹਾਂ ਜਿਹੜੀਆਂ ਨੇ ਉਸ ਪਿਆਰੇ ਨੂੰ ਪਾਣ ਦੇ ਲਈ ਉਸ ਨੂੰ ਦਾ ਨੂੰ ਜਿੱਤਣ ਦੇ ਲਈ ਯਤਨਸ਼ੀਲ ਨੇ ਜਾਂ ਯਤਨਸ਼ੀਲ ਸੰ ਜੋ ਭਾਵੇ ਭਾਵੇ ਪਿਰ ਸਾ ਭਲੀ ਪਿਰ ਪਿਆਰੇ ਨੂੰ ਕਹਿੰਦੇ ਨੇ ਪਤੀ ਨੂੰ ਕਹਿੰਦੇ ਨੇ ਪਰਮੇਸ਼ਰ ਦੇ ਲਈ ਹੈ ਕਿ ਸਾਰੀਆਂ ਹੀ ਭਾਵੇਂ ਉਸ ਰੂਹਾਂ ਉਸ ਰਸਤੇ ਤੇ ਸੀ ਪਰ ਜਿਹੜੀ ਪਿਆਰੇ ਨੂੰ ਚੰਗੀ ਲੱਗੀ ਉਹੀ ਪਿਆਰੇ ਨੇ ਮਨਜ਼ੂਰ ਕੀਤੀ ਨਾਨਕ ਗਰੀਬ ਕੀ ਕਰਿਆ ਵਿਚਾਰਾ ਚੌਥੇ ਨਾਨਕ ਕਹਿੰਦੇ ਨੇ ਕਿ ਮੈਂ ਗਰੀਬ ਜਦੋਂ ਗਰੀਬ ਹੈ ਇਹ ਵੀ ਹਿਊਮਿਲਟੀ ਹੈ ਕਿ ਹਮ ਗਰੀਬ ਮਸਕੀਨ ਪ੍ਰਭਤ ਰੇ ਉਹਨ ਗਰੀਬ ਵੀ ਜਾਰਬੀ ਦੇ ਵਿੱਚ ਮਸਕੀਨਾ ਗਰੀਬ ਨੂੰ ਕਹਿੰਦੇ ਨੇ ਕਿ ਜਿਹਦੇ ਕੋਲ ਕੁਝ ਨਾ ਹੋਵੇ ਔਰ ਇਹ ਹਿਊਮਿਲਟੀ ਹੈ ਕਿ ਤੁਸੀਂ ਹੰਕਾਰ ਚੋਂ ਬਿਲਕੁਲ ਆਪਣੇ ਆਪ ਨੂੰ ਖਤਮ ਕਰ ਦਿਓ ਹਰ ਭਾਵੇ ਤੇ ਤਰਾਹ ਚਲੀ ਚੌਥੇ ਬਾਦਸ਼ਾਹ ਯਾਦ ਕਰਵਾਉਂਦੇ ਨੇ ਕਿ ਮੈਂ ਇੱਕ ਮਸਕੀਨਾ ਇੱਕ ਗਰੀਬ ਉਸ ਪਿਆਰੇ ਦੇ ਸਾਹਮਣੇ ਜਿਵੇਂ ਰੱਬ ਦੀ ਰਜ਼ਾਏ ਹਰ ਭਾਵੇ ਤੇ ਤਰਾਹ ਚਲੀ ਮੈਂ ਉਸੇ ਰਸਤੇ ਤੇ ਤੁਰ ਹੀ ਹੋਈ ਐ ਉਸੇ ਰਸਤੇ ਤੇ ਮੈਂ ਤੁਰੇ ਜਿਹੜਾ ਕਿ ਮੇਰੇ ਨਰੰਕਾਰ ਨੂੰ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਦਾ ਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੀ ਵੀਰਜ਼ ਕਲੇ ਨੇ ਇਜਾਜ਼ਤ ਵੀਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਬੁੱਲਣਾ ਸਾਡੇ ਇਸ ਪਤੇ ਤੇ s o s a t v g 4 t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਨਰ ਸਾਂ ਅਗਿਆ ਦੋ ਦੇਖਦੇ ਰਹੋ ਟੀਵੀ ਰੀਫੋ ਬਲਾਦੀਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ